ਸਭ ਦਾ ਸਵਾਗਤ ਹੈ ਜੀ। ਅਤੇ ਦੋਸਤੋ ਹਾਜ਼ਰ ਹਾਂ ਜੀ ਨਿੱਕੇ ਨਿੱਕੇ ਕੈਪਟਨ ਲੈ ਕੇ। ਅਤੇ ਦੋਸਤੋ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬੈੱਲ ਆਈਕੋਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਅਤੇ ਦੋਸਤੋ ਆਓ ਮਿਲਾਵਾਂ ਤੁਹਾਨੂੰ ਕੈਪਟਨ ਸਾਹਿਬ ਨਾਲ। ਲਓ ਜੀ ਕਿਸਾਨ ਵੀਰੋ, ਇਹ ਹੈਗੇ ਨੇ ਕੈਪਟਨ ਵਾਲਿਆਂ ਵੱਲੋਂ ਛੋਟੇ ਟਰੈਕਟਰ। ਹਾਂਜੀ ਕਿਸਾਨ ਵੀਰੋ, ਇਹ ਹੈਗਾ ਜੀ ਕੈਪਟਨ ਵੱਲੋਂ 7G 7th ਜਨਰੇਸ਼ਨ ਹੈ ਜੀ, 250 DI। ਬਾਬੂ ਜੀ ਇਹ ਕਿੰਨੀ ਹਾਰਸ ਪਾਵਰ ਹੈ, ਕੀ ਕੀਮਤ ਹੈ ਇਸਦੀ? 20-25 ਹੋਰ 2800 ਪਾਵਰ ਮੈਂ ਅਵੇਲੇਬਲ ਹੈ। ਹਾਂਜੀ 2500 ਪਾਵਰ ਉਸਮੇ ਸਿਮਸਨ ਇੰਜਨ ਲਗਾ ਹੁਆ ਹੈ ਔਰ ਇਸਕੇ ਸਾਥ ਚੱਲਨੇ ਵਾਲੇ ਸਭ ਇੰਪਲੀਮੈਂਟਸ ਵੀ ਅਵੇਲੇਬਲ ਹੈ। ਠੀਕ ਹੈ, ਇਸਕੀ ਕੀਮਤ ਕਿਆ ਪੜਤੀ? ਇਸਕਾ 2,85,000 ਸੇ ਲੈ ਕੇ 4,00,000 ਤੱਕ ਕੇ ਅਲੱਗ ਅਲੱਗ ਮਾਡਲ ਹੈ। 2,85,000 ਸੇ ਸ਼ੁਰੂ ਹੋਤਾ ਹੈ? ਸ਼ੁਰੂ ਹੋਤਾ ਹੈ। ਤੋ ਇਹ ਅਲੱਗ ਹੈ ਜੀ ਜੋ ਐਸੇ ਬੁਆਈ ਵਾਲੀ ਮਸ਼ੀਨ ਹੈ? ਹਾਂ। ਠੀਕ ਹੈ ਜੀ, ਇਹ ਕਿਸ ਪਰਪਜ ਕੇ ਲਈ ਹੈ ਜੀ? ਇਹ ਆਲੂ ਬੋਈ ਕੀ ਮਸ਼ੀਨ ਹੈ, ਸਿੰਗਲ ਰੋ ਆਲੂ ਬੋਈ। ਅੱਛਾ, ਸਿੰਗਲ ਹਲ ਕੀ ਆਲੂ ਬੋਈ ਕੀ ਮਸ਼ੀਨ ਹੈ, ਔਰ ਵੀ ਹੈ ਨਾ ਇਸੇ ਕੰਮ ਲਿਆ ਜਾ ਸਕਦਾ। ਇਹ ਕਿਸਾਨ ਵੀਰੋ ਇਹ ਹੈਗੀ ਜੀ ਸਿੰਗਲ ਹਲ ਵਾਲੀ ਆਲੂ ਦੀ ਬਿਜਾਈ ਵਾਲੀ ਮਸ਼ੀਨ। ਅਤੇ ਇਹ ਟਰੈਕਟਰ 2,85,000 ਰੁਪਏ ਦਾ, 250 DI ਅਤੇ 22 ਹਾਰਸ ਪਾਵਰ ਹੈ। ਇਹ ਸਰ ਇਹ ਕੰਪਨੀ ਜੋ ਇਹ ਕੈਸਟਨ ਹੈ, ਇਹ ਸਭੀ ਛੋਟੇ ਟਰੈਕਟਰ ਬਣਾਉਂਦੀ ਹੈ? ਕੈਪਟਨ ਟਰੈਕਟਰ ਹੈ, ਇਹ ਗੁਜਰਾਤ ਬੇਸ ਹੈ, ਰਾਜਕੋਟ ਸੇ, ਔਰ ਇਹ ਛੋਟੇ ਟਰੈਕਟਰ ਹੀ ਬਣਾ ਰਹੇ। ਠੀਕ ਹੈ ਸਰ, ਕਬ ਸੇ ਬਣਾ ਰਹੇ ਹਾਂ ਆਪਾਂ? ਇਹ 1998 ਸੇ, 20 ਸਾਲ ਸੇ। ਠੀਕ ਹੈ, ਥੈਂਕ ਯੂ। ਅਤੇ ਕਿਸਾਨ ਵੀਰੋ ਇਹ ਕੈਪਟਨ ਕੰਪਨੀ ਹੈ ਜੀ, ਸਾਰੇ ਛੋਟੇ ਟਰੈਕਟਰ ਹੀ ਬਣਾਉਂਦੇ ਨੇ।